ਗੈਂਗਸਟਰ ਸੰਪਤ ਨਹਿਰਾ ਨੂੰ ਅੱਜ ਚੰਡੀਗੜ੍ਹ ਦੇ ਸੈਕਟਰ 43 ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿਸ ਨੂੰ ਲੈ ਕੇ ਪੁਲਿਸ ਦੇ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ, ਜਿਸ ਦੇ ਹੇਠ ਸੰਪਤ ਨਹਿਰਾ ਨੂੰ ਪੇਸ਼ੀ ਭੁਗਤਾਈ ਗਈ। ਕੋਈ ਚੂਕ ਨਾ ਹੋਵੇ ਇਸ ਲਈ ਦੂਸਰੇ ਫਲੋਰ ਨੂੰ ਖਾਲੀ ਕਰਵਾਇਆ ਗਿਆ। ਦੱਸਦੇ ਕਿ ਪਿਛਲੇ ਸਾਲਾਂ ਦੇ ਵਿੱਚ ਇੱਕ ਨਾਮੀ ਕਾਰੋਬਾਰੀ ਨੂੰ ਧਮਕੀ ਦੇਣ ਦੇ ਮਾਮਲੇ ਦੇ ਵਿੱਚ ਅੱਜ ਸੁਣਵਾਈ ਹੋਈ, ਔਰ ਦੱਸਦੀਏ ਕਿ ਇਹ ਉਹੀ ਗੈਂਗਸਟਰ ਸੰਪਤ ਨਹਿਰਾ ਹੈ, ਗੋਗਾ ਮੇੜੀ ਕਤਲਕਾਂਡ ਦੇ ਨਾਲ ਜੁੜਿਆ ਹੈ। ਦੱਸਦੇ ਕਿ ਪੰਜਾਬ ਪੁਲਿਸ ਨੇ ਪਿਛਲੇ ਦਿਨਾਂ ਦੇ ਵਿੱਚ ਰਾਜਸਥਾਨ ਪੁਲਿਸ ਨੂੰ ਇੱਕ ਪੱਤਰ ਲਿਖਿਆ ਸੀ, ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਗੋਗਾ ਮੇੜੀ ਨੂੰ ਮਾਰਨ ਦੀ ਸਾਜਿਸ਼ ਕੀਤੀ ਜਾ ਰਹੀ ਹੈ। ਸੰਪਤ ਨਹਿਰਾ ਤੋਂ ਹਾਲਾਂਕਿ ਰਾਜਸਥਾਨ ਪੁਲਿਸ ਜਲਦੀ ਇਸ ਮਾਮਲੇ ਦੇ ਵਿੱਚ ਪੁੱਛ ਪੜਤਾਲ ਕਰ ਸਕਦੀ ਹੈ। ਅੱਜ ਸੰਪਤ ਨਹਿਰਾ ਨੂੰ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਦੋ ਮਾਮਲਿਆਂ ਦੇ ਵਿੱਚ। ਸਖ਼ਤ ਸੁਰੱਖਿਆ ਦੇ ਹੇਠ ਅੱਜ ਗੈਂਗਸਟਰ ਨੂੰ ਪੇਸ਼ ਕੀਤਾ ਗਿਆ, ਦੂਸਰਾ ਫਲੋਰ ਖਾਲੀ ਕਰਵਾਇਆ ਗਿਆ, ਫੋਟੋਗ੍ਰਾਫੀ 'ਤੇ ਪਾਬੰਦੀ ਲਗਾਈ ਗਈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਚੂਕ ਨਾ ਹੋਵੇ। ਗੈਂਗਸਟਰ ਸੰਪਤ ਨਹਿਰਾ ਨੂੰ ਅੱਜ ਚੰਡੀਗੜ੍ਹ ਦੇ ਸੈਕਟਰ 43 ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿਸ ਨੂੰ ਲੈ ਕੇ ਪੁਲਿਸ ਦੇ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ, ਜਿਸ ਦੇ ਹੇਠ ਸੰਪਤ ਨਹਿਰਾ ਨੂੰ ਪੇਸ਼ੀ ਭੁਗਤਾਈ ਗਈ। ਕੋਈ ਚੂਕ ਨਾ ਹੋਵੇ ਇਸ ਲਈ ਦੂਸਰੇ ਫਲੋਰ ਨੂੰ ਖਾਲੀ ਕਰਵਾਇਆ ਗਿਆ। ਦੱਸਦੇ ਕਿ ਪਿਛਲੇ ਸਾਲਾਂ ਦੇ ਵਿੱਚ ਇੱਕ ਨਾਮੀ ਕਾਰੋਬਾਰੀ ਨੂੰ ਧਮਕੀ ਦੇਣ ਦੇ ਮਾਮਲੇ ਦੇ ਵਿੱਚ ਅੱਜ ਸੁਣਵਾਈ ਹੋਈ, ਔਰ ਦੱਸਦੀਏ ਕਿ ਇਹ ਉਹੀ ਗੈਂਗਸਟਰ ਸੰਪਤ ਨਹਿਰਾ ਹੈ, ਗੋਗਾ ਮੇੜੀ ਕਤਲਕਾਂਡ ਦੇ ਨਾਲ ਜੁੜਿਆ ਹੈ। ਦੱਸਦੇ ਕਿ ਪੰਜਾਬ ਪੁਲਿਸ ਨੇ ਪਿਛਲੇ ਦਿਨਾਂ ਦੇ ਵਿੱਚ ਰਾਜਸਥਾਨ ਪੁਲਿਸ ਨੂੰ ਇੱਕ ਪੱਤਰ ਲਿਖਿਆ ਸੀ, ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਗੋਗਾ ਮੇੜੀ ਨੂੰ ਮਾਰਨ ਦੀ ਸਾਜਿਸ਼ ਕੀਤੀ ਜਾ ਰਹੀ ਹੈ। ਸੰਪਤ ਨਹਿਰਾ ਤੋਂ ਹਾਲਾਂਕਿ ਰਾਜਸਥਾਨ ਪੁਲਿਸ ਜਲਦੀ ਇਸ ਮਾਮਲੇ ਦੇ ਵਿੱਚ ਪੁੱਛ ਪੜਤਾਲ ਕਰ ਸਕਦੀ ਹੈ। ਅੱਜ ਸੰਪਤ ਨਹਿਰਾ ਨੂੰ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਦੋ ਮਾਮਲਿਆਂ ਦੇ ਵਿੱਚ। ਸਖ਼ਤ ਸੁਰੱਖਿਆ ਦੇ ਹੇਠ ਅੱਜ ਗੈਂਗਸਟਰ ਨੂੰ ਪੇਸ਼ ਕੀਤਾ ਗਿਆ, ਦੂਸਰਾ ਫਲੋਰ ਖਾਲੀ ਕਰਵਾਇਆ ਗਿਆ, ਫੋਟੋਗ੍ਰਾਫੀ 'ਤੇ ਪਾਬੰਦੀ ਲਗਾਈ ਗਈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਚੂਕ ਨਾ ਹੋਵੇ। ਗੈਂਗਸਟਰ ਸੰਪਤ ਨਹਿਰਾ ਨੂੰ ਅੱਜ ਚੰਡੀਗੜ੍ਹ ਦੇ ਸੈਕਟਰ 43 ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿਸ ਨੂੰ ਲੈ ਕੇ ਪੁਲਿਸ ਦੇ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ, ਜਿਸ ਦੇ ਹੇਠ ਸੰਪਤ ਨਹਿਰਾ ਨੂੰ ਪੇਸ਼ੀ ਭੁਗਤਾਈ ਗਈ। ਕੋਈ ਚੂਕ ਨਾ ਹੋਵੇ ਇਸ ਲਈ ਦੂਸਰੇ ਫਲੋਰ ਨੂੰ ਖਾਲੀ ਕਰਵਾਇਆ ਗਿਆ। ਦੱਸਦੇ ਕਿ ਪਿਛਲੇ ਸਾਲਾਂ ਦੇ ਵਿੱਚ ਇੱਕ ਨਾਮੀ ਕਾਰੋਬਾਰੀ ਨੂੰ ਧਮਕੀ ਦੇਣ ਦੇ ਮਾਮਲੇ ਦੇ ਵਿੱਚ ਅੱਜ ਸੁਣਵਾਈ ਹੋਈ, ਔਰ ਦੱਸਦੀਏ ਕਿ ਇਹ ਉਹੀ ਗੈਂਗਸਟਰ ਸੰਪਤ ਨਹਿਰਾ ਹੈ, ਗੋਗਾ ਮੇੜੀ ਕਤਲਕਾਂਡ ਦੇ ਨਾਲ ਜੁੜਿਆ ਹੈ। ਦੱਸਦੇ ਕਿ ਪੰਜਾਬ ਪੁਲਿਸ ਨੇ ਪਿਛਲੇ ਦਿਨਾਂ ਦੇ ਵਿੱਚ ਰਾਜਸਥਾਨ ਪੁਲਿਸ ਨੂੰ ਇੱਕ ਪੱਤਰ ਲਿਖਿਆ ਸੀ, ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਗੋਗਾ ਮੇੜੀ ਨੂੰ ਮਾਰਨ ਦੀ ਸਾਜਿਸ਼ ਕੀਤੀ ਜਾ ਰਹੀ ਹੈ। ਸੰਪਤ ਨਹਿਰਾ ਤੋਂ ਹਾਲਾਂਕਿ ਰਾਜਸਥਾਨ ਪੁਲਿਸ ਜਲਦੀ ਇਸ ਮਾਮਲੇ ਦੇ ਵਿੱਚ ਪੁੱਛ ਪੜਤਾਲ ਕਰ ਸਕਦੀ ਹੈ। ਅੱਜ ਸੰਪਤ ਨਹਿਰਾ ਨੂੰ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਦੋ ਮਾਮਲਿਆਂ ਦੇ ਵਿੱਚ। ਸਖ਼ਤ ਸੁਰੱਖਿਆ ਦੇ ਹੇਠ ਅੱਜ ਗੈਂਗਸਟਰ ਨੂੰ ਪੇਸ਼ ਕੀਤਾ ਗਿਆ, ਦੂਸਰਾ ਫਲੋਰ ਖਾਲੀ ਕਰਵਾਇਆ ਗਿਆ, ਫੋਟੋਗ੍ਰਾਫੀ 'ਤੇ ਪਾਬੰਦੀ ਲਗਾਈ ਗਈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਚੂਕ ਨਾ ਹੋਵੇ।